7 सी ਦੇ ਅੰਦਰ ਆਪਾਂ ਜਿਹੜਾ ਮੇਨ ਚੈਪਟਰ ਬਣਾਇਆ ਸੀ ਉਹਤੇ ਉਹਦੇ ਚ ਆਪਣੇ ਕੋਲ ਵਰਡ ਆਇਆ ਸੀ ਹਾਈਡਰੋਡਾਇਨਾਮਿਕਸ। ਹਾਈਡਰੋਡਾਇਨਾਮਿਕਸ ਅਸੀਂ ਡਿਫਾਈਨ ਹੀ ਕੀਤਾ ਸੀਗਾ ਕਿ ਜਦੋਂ ਕੋਈ ਲਿਕੁਇਡ ਫਲੋ ਕਰਦਾ ਤੇ ਉਸ ਮੂਮੈਂਟ ਤੇ ਲਿਕੁਇਡ ਦੇ ਵਿੱਚ ਫ੍ਰਿਕਸ਼ਨਲ ਫੋਰਸਿਸ ਐਗਜ਼ਿਸਟ ਕਰਦੀਆਂ ਹਨ ਤੇ ਲਿਕੁਇਡ ਦੇ ਅੰਦਰ ਜਿਹੜੀਆਂ ਫ੍ਰਿਕਸ਼ਨਲ ਫੋਰਸਿਸ ਆਂਦੀਆਂ ਉਹਨੂੰ ਜਦੋਂ ਅਸੀਂ ਡਿਫਾਈਨ ਕਰਨਾ ਤੇ ਆਪਾਂ ਉਹਦੇ ਚ ਇਦਾਂ ਕੇਸ ਦਿੱਤਾ ਸੀਗਾ ਕਿ ਜੇ ਮੰਨ ਲਓ ਆ ਮੇਰੇ ਕੋਲ ਕੋਈ ਲੇਅਰ ਗਿਵਨ ਆ ਠੀਕ ਹੈ ਇਹਦੇ ਇਨ ਬਿਟਵੀਨ ਅਸੀਂ ਦਿਖਾਇਆ ਸੀ ਆ ਮੇਰੇ ਕੋਲ ਕੋਈ ਲਿਕੁਇਡ ਫਲੋ ਕਰਦਾ ਪਿਆ ਠੀਕ ਹੈ ਜੀ ਇਹਦੀ ਲੈਂਥ ਆਪਾਂ ਕੰਸੀਡਰ ਕਰ ਲੈਂਦੇ ਮੇਰੇ ਕੋਲ ਜਿਹੜੀ ਆ ਗੈਪ ਬਿਟਵੀਨ ਦਾ ਟੂ ਲੇਅਰ ਮੇਰੇ ਕੋਲ ਐਲ ਵਾ ਲੋਅਰ ਲੇਅਰ ਆਪਾਂ ਕਿਹਾ ਸੀ ਜੀ ਮੰਨ ਲਓ ਫਿਕਸਡ ਕਰ ਲਓ ਠੀਕ ਹੈ ਤੇ ਅਪਰ ਲੇਅਰ ਤੇ ਅਸੀਂ ਐਸ ਐਚ ਐਫ ਫੋਰਸ ਲਗਾਈ ਸੀ ਤੇ ਆਪਾਂ ਕਿਹਾ ਸੀ ਜੀ ਅਪਰ ਫੇਸ ਤੇ ਫੋਰਸ ਲਗਾਉਣਾ ਆ ਲੋਅਰ ਫੇਸ ਫਿਕਸ ਹੋ ਕੇ ਅਪਰ ਫੇਸ ਆਪਣੀ ਥਾਂ ਤੋਂ ਡਿਸਪਲੇਸ ਹੋਣਾ ਤੇ ਜਦੋਂ ਅਪਰ ਫੇਸ ਆਪਣੀ ਥਾਂ ਤੋਂ ਡਿਸਪਲੇਸ ਹੋਣਾ ਜੇ ਓਰੀਜਨਲ ਪੋਜੀਸ਼ਨ ਆ ਵਾ ਲਿਕੁਇਡ ਦੀ ਇਹਦੇ ਇਨ ਬਿਟਵੀਨ ਠੀਕ ਹੈ ਜੀ ਤੇ ਜਦੋਂ ਫੋਰਸ ਲਗਾਈ ਤੇ ਮੇਰੇ ਕੋਲ ਜਿਹੜੀ ਇਹਦੀ ਨਿਊ ਪੋਜੀਸ਼ਨ ਆ ਕੁਛ ਇਸ ਵੇ ਨਾਲ ਡਿਵੈਲਪ ਹੋ ਗਈ ਨਵੀਂ ਪੋਜੀਸ਼ਨ ਮੇਰੇ ਕੋਲ ਕੁਛ ਇਸ ਵੇ ਨਾਲ ਕਹਿੰਦਾ ਜੀ ਡਿਵੈਲਪ ਹੋ ਗਈ ਯਾਨੀ ਟੌਪ ਲੇਅਰ ਆਪਣੀ ਥਾਂ ਤੋਂ ਡਿਸਪਲੇਸ ਕਰਦੀ ਪਈ ਆ ਗੱਲ ਸਮਝ ਲੱਗੀ ਯੈਸ ਸਰ ਲਿਕੁਇਡ ਦੀ ਲੇਅਰ ਤੇ ਸਟ੍ਰੈਸ ਐਗਜ਼ਰਟ ਕਰਾਂਗੇ ਉਹਨਾਂ ਲਿਕੁਇਡ ਦੇ ਵਿੱਚ ਸ਼ੇਡਿੰਗ ਸਟ੍ਰੇਨ ਬਣਦੀ ਆ ਠੀਕ ਹੈ ਤੇ ਜਦੋਂ ਲਿਕੁਇਡ ਦੇ ਅੰਦਰ ਟੈਂਜੈਂਸ਼ੀਅਲ ਸਟ੍ਰੈਸ ਲਗਾ ਕੇ ਸ਼ੀਅਰ ਸਟ੍ਰੇਨ ਪ੍ਰੋਡਿਊਸ ਹੁੰਦੀ ਤੇ ਟਾਈਮ ਦੇ ਨਾਲ ਨਾਲ ਉਹ ਸਟ੍ਰੇਨ ਦੀ ਅਮਾਉਂਟ ਵੱਧਦੀ ਜਾਂਦੀ ਆ ਯਾਨੀ ਫੇਸ ਆਪਣੀ ਥਾਂ ਤੋਂ ਹੋਰ ਜ਼ਿਆਦਾ ਜਲਦੀ ਜਲਦੀ ਡਿਸਪਲੇਸ ਹੁੰਦਾ ਤੇ ਉਸ ਮੂਮੈਂਟ ਤੇ ਆਪਣੇ ਕੋਲ ਵਰਡ ਆ ਸੀਗੇ ਕਿ ਟੈਂਜੈਂਸ਼ੀਅਲ ਸਟ੍ਰੈਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਸਟ੍ਰੇਨ ਰੇਟ ਠੀਕ ਹੈ ਤੇ ਆਪਾਂ ਕਿਹਾ ਸੀ ਜੀ ਜੇ ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾਉਣਾ ਤੇ ਟੈਂਜੈਂਸ਼ੀਅਲ ਸਟ੍ਰੈਸ equal to eta time eta siga coefficient of viscosity da symbol eta times da strain rate theek hai te etho coefficient of viscosity da si ik formula banaya si dooje passe isse cheez nu apa idda vi samjhaya siga ki je aa mere ko liquid kise layer kise pipe de vich layer di form ch move karda te jadon liquid layer di form ch move karda ਤੇ ਇਸ ਕੰਟੇਨਰ ਦੇ ਅੰਦਰ ਜਿਹੜਾ ਲਿਕੁਇਡ ਮੂਵ ਕਰਦਾ ਪਿਆ ਇਹਦੇ ਅੰਦਰ ਸਾਰੀਆਂ ਲਿਕੁਇਡ ਲੇਅਰ ਦੀ ਵੈਲੋਸਿਟੀ ਸੇਮ ਨਹੀਂ ਹੁੰਦੀ ਜਿਹੜੀ ਲਿਕੁਇਡ ਲੇਅਰ ਕੰਟੇਨਰ ਦੇ ਕੰਟੈਕਟ ਚ ਆਉਂਦੀਆਂ ਦੇ ਆਰ ਟੂ ਬੀ ਮੂਵਿੰਗ ਵਿਦ ਦ ਲੀਸਟ ਵੈਲੋਸਿਟੀ ਠੀਕ ਹੈ ਔਰ ਜਿਹੜੀ ਸੈਂਟਰਲ ਲੇਅਰ ਹੈ ਦੈਟ ਇਜ਼ ਟੂ ਬੀ ਮੂਵਿੰਗ ਵਿਦ ਦ ਮੈਕਸਿਮਮ ਵੈਲੋਸਿਟੀ ਠੀਕ ਹੈ ਆਪਾਂ ਕਹਿੰਦੇ ਸੀ ਜੀ ਜੇ ਆ ਦੋ ਲੇਅਰ ਲੈ ਲਵਾਂ ਠੀਕ ਹੈ ਕੋਈ ਦੋ ਨੇਬਰਿੰਗ ਲੇਅਰ ਲੈ ਲਵਾਂ ਆ ਲੇਅਰ ਦੀ ਵੈਲੋਸਿਟੀ ਜੇ ਵੀ ਆ ਤੇ ਆ ਸੈਂਟਰਲ ਲੇਅਰ ਦੀ ਵੈਲੋਸਿਟੀ v + ਡੈਲਟਾ v ਠੀਕ ਹੈ ਇਸ ਤੋਂ ਉੱਪਰਲੀ ਲੇਅਰ ਜਿਹੜੀ ਆ ਉਹਦੀ ਵੈਲੋਸਿਟੀ ਫੇਰ ਮੰਨ ਲਓ ਮੇਰੇ ਕੋਲ v ਆ ਤੇ ਅਸੀਂ ਕਿਹਾ ਸੀ ਹਰ ਦੋ ਲੇਅਰ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਇੰਟਰਫੇਅਰ ਕਰਦੀਆਂ ਹਰ ਦੋ ਲੇਅਰ ਇੱਕ ਦੂਜੇ ਨਾਲ ਇੰਟਰਫੇਅਰ ਕਰਦੀਆਂ ਇਸ ਲੇਅਰ ਦੀ ਟੈਂਡੈਂਸੀ ਹੈ ਇਹਦੀ ਔਰ ਇਹਦੀ ਵੈਲੋਸਿਟੀ ਨੂੰ ਇਨਕਰੀਜ਼ ਕਰਨਾ ਔਰ ਇਹਨਾਂ ਦੀ ਟੈਂਡੈਂਸੀ ਹੈਗੀ ਹੈ ਕਿ ਇਸ ਲੇਅਰ ਦੀ ਵੈਲੋਸਿਟੀ ਨੂੰ ਡਿਕਰੀਜ਼ ਕਰਨਾ ਜਿਹਦੇ ਕਰਕੇ ਇਹਨਾਂ ਲੇਅਰ ਦੇ ਵਿੱਚ ਅਸੀਂ ਕਹਿ ਸੀ ਰੈਲੇਟਿਵ ਮੋਸ਼ਨ ਆ ਜਾਂਦੀ ਔਰ ਉਹ ਰੈਲੇਟਿਵ ਮੋਸ਼ਨ ਦੇ ਕਰਕੇ ਲਿਕੁਇਡ ਦੇ ਵਿੱਚ ਫ੍ਰਿਕਸ਼ਨਲ ਫੋਰਸ ਬਣਦੀ ਆ ਠੀਕ ਹੈ ਔਰ ਜਿਹੜੀ ਲਿਕੁਇਡ 'ਚ ਫ੍ਰਿਕਸ਼ਨਲ ਫੋਰਸ ਬਣਦੀ ਉਹਨੂੰ ਅਸੀਂ ਨਾਮ ਦਿੱਤਾ ਸੀ ਉਹ ਵਿਸਕਸ ਫੋਰਸ ਆ ਤੇ ਉਹ ਵਿਸਕਸ ਫੋਰਸ ਦਾ ਫਾਰਮੂਲਾ ਆਪਾਂ ਆ ਲਿਖਿਆ ਸੀਗਾ ਐਫ ਇਕੁਅਲ ਟੂ ਈਟਾ ਏ ਟਾਈਮਸ ਦਾ ਡੀ ਵੀ ਬਾਈ ਡੀ ਐਕਸ ਠੀਕ ਹੈ ਮਤਲਬ ਈਟਾ ਸੀਗਾ ਨੇਚਰ ਆਫ ਲਿਕੁਇਡ ਯਾਨੀ ਕੋਫੀਸ਼ੀਐਂਟ ਆਫ ਵਿਸਕੋਸਿਟੀ ਏ ਮੇਰੇ ਕੋਲ ਸੀਗਾ ਏਰੀਆ ਆਫ ਈਚ ਲੇਅਰ ਤੇ ਡੀ ਵੀ ਬਾਈ ਡੀ ਐਕਸ ਮੇਰੇ ਕੋਲ ਸੀਗਾ ਵੈਲੋਸਿਟੀ ਗ੍ਰੇਡੀਐਂਟ ਮਤਲਬ ਇੱਕ ਲੇਅਰ ਤੋਂ ਦੂਜੀ ਲੇਅਰ ਤੱਕ ਜਾਂਦੇ ਜਾਂਦੇ ਡਿਸਟੈਂਸ ਕਿੰਨਾ ਕਵਰ ਹੋਇਆ ਤੇ ਉਹਨੇ ਡਿਸਟੈਂਸ ਦੇ ਵਿੱਚ ਲਿਕੁਇਡ ਦੀ ਵੈਲੋਸਿਟੀ ਕਿੰਨੀ ਚੇਂਜ ਹੋਈ ਆ ਸੋ ਚੇਂਜ ਇਨ ਵੈਲੋਸਿਟੀ ਫਰਮ ਵਨ ਲੇਅਰ ਟੂ ਅਨਦਰ ਉਹ ਡੀ ਵੀ ਆ ਗਿਆ ਠੀਕ ਹੈ ਔਰ ਕਿੰਨਾ ਉਹ ਲੇਅਰਸ 'ਚ ਗੈਪ ਹੈਗਾ ਉਹ ਡਿਸਟੈਂਸ ਨੂੰ ਅਸੀਂ ਡੀ ਐਕਸ ਨਾਲ ਕਿਹਾ ਤੇ ਇਹਨੂੰ ਵੈਲੋਸਿਟੀ ਗ੍ਰੇਡੀਐਂਟ ਕਿਹਾ ਸੀ ਕਿਆ ਇਹ ਫਾਰਮੂਲਾ ਕਲੀਅਰ ਆ ਯੈਸ ਸਰ
Yes, sir. दोनों कंडीशन समय लग रही हैं, याद आ रही हैं, जो दस दा पे हैं. Yes, sir. चलो उस तो बाद आपा नेक्स्ट जेड़ा टॉपिक सेगा अपने गोल सेगा पॉइज़ल फॉर्मूला. पॉइज़ल फॉर्मूले जैसे ये क्या सेगा कि जदो लिक्विड किसे पाइप चो फ्लो कर दा ना ते पाइप चो लिक्विड दा रेट ऑफ फ्लो ऑफ लिक्विड रेट ऑफ फ्लो ऑफ लिक्विड सेगा वॉल्यूम ऑफ द लिक्विड फ्लोइंग पर सेकंड. पाइप दे विचो गिवन सेक टाइम दे अंदर कितना लिक्विड फ्लो करता पया उनु से नाम देने रेट ऑफ फ्लो ऑफ लिक्विड. वो सी कैसे जी रेट ऑफ फ्लो ऑफ लिक्विड डिपेंड करता दो एंड दे विच प्रेशर दा डिफरेंस कितना ट्यूब दा रेडियस कितना लेंथ ऑफ दा ट्यूब कितनी नेचर ऑफ लिक्विड कितना ठीक है ओदे अकॉर्डिंगली रेट ऑफ फ्लो ऑफ लिक्विड दा फार्मूला सीगा पाई बाय 8 डाइमेंशनलेस कांस्टेंट सीगा PR raised to power 4 over eta L. कि जेड़ा पाइप दे दो एंड च प्रेशर डिफरेंस आ ठीक है ओदे ते डिपेंडेंट आ रेडियस ऑफ ट्यूब ते डिपेंडेंट आ नेचर ऑफ लिक्विड ते डिपेंडेंट आ ते पाइप दी लेंथ ते डिपेंडेंट आ. क्या आ क्लियर आ? यस सर चल एक आपा इस तो बाद कीता सीगा स्टोक्स लॉ. स्टोक्स थ्योरम आपा स्टोक्स लॉ पर एक ऐसे का कि जदों किसी मान लो लिक्विड नु किसी लिक्विड दे थ्रू जेड़ा कि मेरे को ऐसा च मान लो रेस्ट दी स्टेट च दे अंदर लिक्विड पिया वा ते जे मैं इस लिक्विड दे अंदर ऐसा च किसी बॉल नु स्फेरिकल बॉल नु ड्रॉप करा ठीक है ते जदों स्फेरिकल बॉल मैं इदे विच ड्रॉप करांगा ते जेड़ियां लिक्विड लेयर इस बॉल दे कांटेक्ट च आईयां हना ओ लिक्विड लेयर मेरीयां मोशन च आ जानियां ते जेड़ियां अवे फ्रॉम द बॉल लिक्विड लेयर्स ने उन्हां दी टेंडेंसी होएगी ड्यू टू इनर्शिया ऑफ रेस्ट और रेस्ट विच रहना चाहणगियां. इहदा मतलब ये हो गया कि जेड़ियां कनेक्टेड लेयर्स ने मोशन च आ जेड़ियां परे वालियां लेयर्स ने और रेस्ट विच आ जिदे करके इन्हां दोनों लेयर्स दी आपस च टेंडेंसी होएगी एक दूजे दी स्टेट नूं चेंज करना और उहदे करके असीं कहिंदे जी लिक्विड दे अंदर रिलेटिव मोशन सैट हो जांदी और वो इस बॉडी दे उत्ते एक विस्कस फोर्स लगांदा और जेडी विस्कस फोर्स इस बॉडी दे उत्ते एक्ट करदी आ ठीक है दैट इज टू बी गिवन बाय एफ बी इक्वल टू 6 पाई ईटा आर बी ठीक है और ये फोर्स डिपेंड करदी नेचर ऑफ लिक्विड ते रेडियस ऑफ यानी साइज ऑफ द बॉल और थर्ड किन्नी वेलोसिटी नाल बॉडी डाउन बढ़ांदी पई आ. क्या आ फार्मूला क्लियर आ? यस सर. डिफरेंट फोर्सिस जिहड़ियां बैलेंस हो जांदियां इस वेले इस बॉडी दे उत्ते तीन फोर्सिस लाई कर रही हैं एक इहदा वेट एक्टिंग वर्टिकली डाउनवर्ड सैकेंड लिक्विड दे करके विस्कस फोर्स और थर्ड ए क्योंकि लिक्विड नो इन्हें डिस्प्लेस करके उदी थां ते लिती आ ते एक इहदे ते अप थ्रस्ट लगदी पई आ ठीक है एक विस्कस फोर्स लगदी पई एक इस बॉडी दे उत्ते अप थ्रस्ट लगदी पई एक इस बॉडी दा वेट लाई करदा पिया ते एक सिचुएशन च आके ठीक है जी जदों इहदे थल्ले आई जांदा लगातार वेलोसिटी वध रही आ और एक लेयर ते आके इहदी वेलोसिटी असीं कह सी कांस्टेंट हो जांदी जिस लेयर ते इहदी वेलोसिटी कांस्टेंट हो जांदी आ उस मूवमेंट ते इहदी वेलोसिटी जिहड़ी आ उहनूं टर्मिनल वेलोसिटी कहिंदे आ. क्या इन्नी गल समझ लगी? यस यस सर. टर्मिनल वेलोसिटी दा फार्मूला साडे कोल सीगा 2/9 ईटा आर स्क्वायर इनटू रो माइनस सिग्मा ठीक है इनटू जी भी सीगा शायद हैगा जी भी ठीक है आ यानी मेरे को फॉर्मूला बन जाता जिदे च रो बॉडी की डेंसिटी आ सिगमा लिक्विड की डेंसिटी आ ईटा लिक्विड की कोफिशिएंट ऑफ विस्कोसिटी आ ते आर मेरे को कहना जी रेडियस ऑफ द बॉडी आ ठीक है आ मेरे को जेडे फॉर्मूले बन जाते. क्या इना क्लियर आ? यस सर. यस सर. वो इन्नी सुस्ती ना लगे हुए हो. यस सर. क्लियर है सारे? यस सर. ਉਜੀ ਬੋਲੋ ਇਨਾ ਕਲੀਅਰ ਆ? ਯੈਸ ਸਰ. ਯੈਸ ਸਰ. ਯੈਸ ਸਰ. ਹਾਂਜੀ ਸਰ. ਯੈਸ ਸਰ. ਚਲੋ ਸਭ ਤੋਂ ਪਹਿਲਾਂ ਇਸੇ ਟਾਈਪਸ ਦੇ ਫਾਰਮੂਲੇ ਲੈ ਕੇ ਨਿਊਮੈਰੀਕਲ ਸ਼ੁਰੂ ਕਰ ਰਿਹਾ.
फॉर्मूला एक पास से दे रहे हैं थानू अपने को एसएच फर्स्ट फॉर्मूला आ गया विस्कस फोर्स का एफ इक्वल टू ईटा ए इनटू डीवी बाय डीएक्स ठीक है एक अपने को ईटा का फॉर्मूला आ गया स्ट्रेस बाय स्ट्रेन रेट ठीक है थर्ड फॉर्मूला साढ़े को आ गया एसएच पॉइसन फॉर्मूला पाई बाय एट पी आर रेस टू पावर फोर ओवर ईटा एल एक साढ़े को आ गया विस्कस फोर्स का फॉर्मूला सिक्स पाई ईटा आर वी एक आ गया अपने को टर्मिनल वेलोसिटी का फॉर्मूला टू बाय नाइन ईटा आर स्क्वायर इनटू रो माइनस सिग्मा इनटू जी स्टार्टिंग वाले न्यूमेरिकल इसे फॉर्मूले ना लिंक्ड ठीक है जी वो करके फिर नेक्स्ट फॉर्मूला दसांगा चलो फर्स्ट न्यूमेरिकल स्टेटमेंट देखो फर्स्ट न्यूमेरिकल दी शीट है कि सारे को यस सर चलो फर्स्ट न्यूमेरिकल आएगा अ प्लेट ऑफ मेटल 10 सेंटीमीटर स्क्वायर मतलब ओदी जेडी तोड़ कोल एसएच मेटल दी प्लेट गिवन आ ठीक है 10 सेंटीमीटर कहना जी एसएच स्क्वायर शेप च रेस्ट ऑन ए लेयर ऑफ कैस्टर ऑयल 2 मिलीमीटर थिक हुज कोएफिशिएंट ऑफ विस्कोसिटी इज 15.5 डाइन सेंटी पर सेंटीमीटर स्क्वायर सेकंड ठीक है यूनिट सारे तकरीबन उन्हें हुन तक सीजीएस यूनिट यूज कीते आ कैलकुलेट द हॉरिजॉन्टल फोर्स रिक्वायर्ड टू मूव द प्लेट विद अ स्पीड ऑफ 3 सेंटीमीटर पर सेकंड आल्सो कैलकुलेट स्ट्रेन रेट एंड शीयर स्ट्रेस सारी स्टेटमेंट दोबारा बोल रहे हैं ध्यान ना सुनो उन्हें क्वेश्चन च क्या किया आ मान लो मेरे को एक कहना जी ऐसा च कोई मेटल दी प्लेट आ 10 सेंटीमीटर दी साइड आ ते स्क्वायर शेप आ ਇਹਨੂੰ ਮੈਂ ਐਸ ਐਚ ਕਹਿੰਦਾ ਜੀ ਕੀ ਕੀਤਾ ਆਪਣੇ ਹੱਥ ਦੇ ਉੱਤੇ ਰੱਖਿਆ ਹੋਇਆ ਔਰ ਮੇਰੇ ਹੱਥ ਦੇ ਉੱਤੇ ਇੱਕ ਕੈਸਟਰ ਆਇਲ ਡੁੱਲਿਆ ਪਿਆ ਮੇਰੇ ਹੱਥ ਤੇ ਇੱਕ ਕੈਸਟਰ ਆਇਲ ਦੀ ਲੇਅਰ ਬਣੀ ਹੋਈ ਆ ਠੀਕ ਹੈ ਤੇ ਆਹ ਕੈਸਟਰ ਆਇਲ ਦੀ ਲੇਅਰ ਦੇ ਉੱਤੇ ਠੀਕ ਹੈ ਜੀ ਆਹ ਮੈਂ ਐਸ ਐਚ ਕਹਿੰਦਾ ਜੀ ਇਹਨੂੰ ਇਦਾਂ ਰੱਖ ਲਿਆ ਕਿੰਨੀ ਗੱਲ ਸਮੇਂ ਲੱਗਦੀ ਪਈ ਯੈਸ ਸਰ ਇਹਨੂੰ ਤੁਸੀਂ ਕੈਸਟਰ ਆਇਲ ਲੇਅਰ ਦੇ ਉੱਤੇ ਐਸ ਐਚ 3 ਸੈਂਟੀਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਮੂਵ ਕਰਾਉਣੇ ਪਏ ਤੇ ਜਦੋਂ ਇਹਨੂੰ ਮੈਂ ਮੂਵ ਕਰਾਵਾਂਗਾ ਤੇ ਆਹ ਕੈਸਟਰ ਆਇਲ ਤੇ ਇਹਦੇ ਇਨ ਬਿਟਵੀਨ ਜਿਹੜੀ ਫ੍ਰਿਕਸ਼ਨਲ ਫੋਰਸਿਸ ਆ ਉਹਦੇ ਕਰਕੇ ਉਹਨੇ ਪੁੱਛਿਆ ਆਪਣੇ ਕੋਲ ਸਟ੍ਰੇਨ ਰੇਟ ਕੱਢ ਦਿਓ ਸਟ੍ਰੇਨ ਰੇਟ ਅਸੀਂ ਕਹਿੰਦੇ ਕਿਹਨੂੰ ਆ ਕਹਿੰਦਾ ਜੀ ਜਿਹੜੀ ਇਸ ਵੇਲੇ ਉਹਦੀ ਫੇਸ ਦੀ ਡਿਸਪਲੇਸਮੈਂਟ ਹੋਈ ਆ ਉਹਦੇ ਤੋਂ ਪਹਿਲਾਂ ਸਟ੍ਰੇਨ ਬਣਾਵਾਂਗਾ ਰੇਟ ਵਰਡ ਲੱਗੇ ਦਾ ਮਤਲਬ ਆ ਡਿਵਾਈਡਡ ਬਾਈ ਟਾਈਮ ਵੀ ਲਵਾਂਗੇ ਇੰਨੀ ਗੱਲ ਕਲੀਅਰ ਆ ਪਹਿਲੋਂ ਯੈਸ ਸਰ ਠੀਕ ਹੈ ਜੀ ਐਂਡ ਸ਼ੀਅਰ ਸਟ੍ਰੈਸ ਸਟ੍ਰੈਸ ਜਿਹੜੀ ਮਰਜ਼ੀ ਟਾਈਪ ਦੀ ਹੋਵੇ ਉਹ ਫੋਰਸ ਬਾਈ ਏਰੀਆ ਹੀ ਰਹਿੰਦੀ ਆ ਇੰਨਾ ਕਲੀਅਰ ਆ ਯੈਸ ਸਰ ਚਲੋ ਪਹਿਲੋਂ ਵੇਰੀਏਬਲ ਲਿਖਦੇ ਆਪਣੇ ਕੋਲ ਕਿਹੜੇ ਕਿਹੜੇ ਗਿਵਨ ਆ ਫਸਟ ਨਿਊਮੈਰੀਕਲ ਚ ਆਪਣੇ ਕੋਲ ਜਿਹੜਾ ਏਰੀਆ ਆਫ ਦਾ ਮੈਟਲ ਪਲੇਟ ਚਾਹੀਦਾ ਠੀਕ ਹੈ ਜੀ 10 ਸੈਂਟੀਮੀਟਰ ਸਾਈਡ ਗਿਵਨ ਆ ਤੇ ਏਰੀਆ ਆਪਣੇ ਕੋਲ 10 ਇਨਟੂ 10 ਸੈਂਟੀਮੀਟਰ ਸਕੁਅਰ ਮੇਰੇ ਕੋਲ ਕਹਿੰਦਾ ਜੀ ਏਰੀਆ ਆਫ ਦਾ ਲੇਅਰ ਆ ਜਾਏਗਾ ਉਸ ਤੋਂ ਬਾਅਦ ਉਹਨੇ ਸੈਕਿੰਡ ਵੇਰੀਏਬਲ ਜਿਹੜਾ ਦਿੱਤਾ ਥਿਕਨੈਸ ਆਫ ਦਾ ਲੇਅਰ ਆ ਥਿਕਨੈਸ ਆਫ ਦਾ ਲੇਅਰ ਮੰਨ ਲਓ ਡੈਲਟਾ ਐਕਸ ਲਿਖ ਦਿੰਦੇ ਬਾਅਦ ਚ ਵੇਰੀਏਬਲ ਪ੍ਰੋਪਰ ਬਣਾ ਲਾਂਗੇ ਠੀਕ ਹੈ ਜੀ 2 ਮਿਲੀਮੀਟਰ ਥਿਕ 2 ਮਿਲੀਮੀਟਰ ਤੋਂ ਇਹਨੂੰ ਸੈਂਟੀਮੀਟਰ ਚ ਚੇਂਜ ਕਰ ਲਾਂਗੇ ਅੱਗੇ ਉਹਨੇ ਕੀ ਕਿਹਾ ਕੋਫੀਸ਼ੀਐਂਟ ਆਫ ਵਿਸਕੋਸਿਟੀ ਆਫ ਦਿਸ ਲੇਅਰ ਯਾਨੀ ਈਟਾ ਦੱਸ ਦਿੱਤਾ 15.5 ਡਾਈਨ ਪਰ ਸੈਂਟੀਮੀਟਰ ਸਕੁਅਰ ਸੈਕਿੰਡ ਠੀਕ ਹੈ ਜੀ ਈਟਾ ਦਾ ਯੂਨਿਟ ਆ ਗਿਆ ਉਸ ਤੋਂ ਬਾਅਦ ਉਹਨੇ ਤੁਹਾਨੂੰ ਕਹਿ ਦਿੱਤਾ ਕੈਲਕੂਲੇਟ ਦਾ ਹੋਰੀਜ਼ੋਨਟਲ ਫੋਰਸ ਰਿਕੁਆਇਰਡ ਠੀਕ ਹੈ ਜੀ ਐਫ ਕੱਢਣਾ ਹੀ ਕਿੰਨੀ ਮੈਨੂੰ ਫੋਰਸ ਰਿਕੁਆਇਰਡ ਹੈਗੀ ਆ ਟੂ ਮੂਵ ਦਾ ਪਲੇਟ ਵਿਦ ਅ ਸਪੀਡ ਆਫ 3 ਸੈਂਟੀਮੀਟਰ ਪਰ ਸੈਕਿੰਡ ਵੈਲੋਸਿਟੀ ਆਫ ਲੇਅਰ ਗਿਵਨ ਆ 3 ਸੈਂਟੀਮੀਟਰ ਪਰ ਸੈਕਿੰਡ ਠੀਕ ਹੈ ਫਿਰ ਉਹਨੇ ਕਿਹਾ ਜੀ ਸਟ੍ਰੇਨ ਰੇਟ ਕੱਢੋ ਸਟ੍ਰੇਨ ਰੇਟ ਕੱਢੋ ਫਿਰ ਉਹਨੇ ਕਿਹਾ ਜੀ ਐਸ ਐਚ ਟੈਂਜੈਂਸ਼ੀਅਲ ਸਟ੍ਰੈਸ ਵੀ ਕੈਲਕੂਲੇਟ ਕਰ ਆ ਦੋਨੋਂ ਦੇ ਦੋਨੋਂ ਵੇਰੀਏਬਲ ਆਪਾਂ ਹੋਰ ਕੱਢਨੇ ਆ ਕਿ ਇੰਨਾ ਕਲੀਅਰ ਆ ਯੈਸ ਸਰ ਯੈਸ ਸਰ ਜੇ ਵਿਸਕਸ ਫੋਰਸ ਕੱਢਣੀ ਆ ਠੀਕ ਹੈ ਜੀ ਆਪਣੇ ਕੋਲ ਵਿਸਕਸ ਫੋਰਸ ਦਾ ਫਾਰਮੂਲਾ ਆਪਾਂ ਹੁਣੀ ਕੀਤਾ ਸੀ ਐਫ ਇਕੁਅਲ ਟੂ ਥੀਟਾ ਏ ਇਨਟੂ ਗੁਰਲੀਨ ਆਵਾਜ਼ ਨਹੀਂ ਆ ਰਹੀ ਬੇਟਾ ਤੇਰੀ ਮੈਸੇਜ ਲਿਖ ਕੇ ਕਰ ਕੀ ਕਹਿੰਦੇ
f equal to eta a into dv by dx आ उन इधे वेरिएबल दे अकॉर्डिंग ही अपने को देखो eta भी गिवन है क्वेश्चन जी वेरिएबल ये eta भी गिवन है a भी गिवन है d भी आ चल अपने वेरिएबल लेके चलिए eta अपने को 15.5 गिवन है ठीक है जी cgs से हैगा वो टर्म देती हुई एरिया अपने को 100 सेंटीमीटर स्क्वायर गिवन है डीवी दी वैल्यू अपने को 3 गिवन है ठीक है थिकनेस 2 मिलीमीटर है तो मिलीमीटर दे सेंटीमीटर बना दियो कितने सेंटीमीटर बन गए वो मिलीमीटर तो सेंटीमीटर कितना बता ही लिया 0.2 ठीक है जी इन्हें 10 ना डिवाइड कर लो सेंटीमीटर आ जाओगे 0.2 सेंटीमीटर अपने को ये टर्म आ गई f निकल आएगा तो यस सर फोर्स का यूनिट की आना है तो फोर्स का यूनिट की लवांगे तो डाइन डाइन यूनिट का ध्यान रखियो सारे cgs सिस्टम यूज कीते है इस करके फोर्स तोड़ को डाइन चाह जाएगी ਉਸ ਤੋਂ ਬਾਅਦ ਸੈਕਿੰਡ ਪਾਰਟ ਚੋਂ ਤੁਹਾਡੇ ਕੋਲ ਐਸ ਐਸ ਸਟ੍ਰੇਨ ਰੇਟ ਕਿਹਾ ਵਾ ਤੇ ਪੁੱਤ ਸਟ੍ਰੇਨ ਰੇਟ ਕਿਹਨੂੰ ਕਹਿੰਦੇ ਉਸ ਇੱਕ ਵਾਰੀ ਦੁਬਾਰਾ ਦਿਮਾਗ ਚ ਲਿਆਓ ਸਟ੍ਰੇਨ ਰੇਟ ਸਟ੍ਰੇਨ ਆਪਣੇ ਕੋਲ ਡਿਵੈਲਪ ਹੁੰਦੀ ਆ ਜੇ ਮੈਂ ਕਹਿੰਦੇ ਸਟ੍ਰੇਨ ਦੀ ਗੱਲ ਕਰਾਂ ਤੇ ਆਪਾਂ ਸ਼ੀਅਰ ਸਟ੍ਰੇਨ ਵਰਡ ਪੜਿਆ ਸੀਗਾ ਡੈਲਟਾ ਐਲ ਬਾਈ ਐਲ ਠੀਕ ਹੈ ਇੱਥੇ ਨਾਲ ਟਾਈਮ ਇਨਵੋਲਵਡ ਆ ਜਿਹੜੀ ਫੇਸ ਦੀ ਡਿਸਪਲੇਸਮੈਂਟ ਹੋਈ ਆ ਠੀਕ ਹੈ ਜੀ ਉਹ ਮੇਰੀ 2 ਮਿਲੀਮੀਟਰ ਆ ਠੀਕ ਹੈ ਤੇ ਐਲ ਮੇਰੇ ਕੋਲ ਜਿਹੜੀ ਲੈਂਥ ਆਫ ਦਾ ਲੇਅਰ ਗਿਵਨ ਆ ਜਾਊਗੀ ਤੇ ਇਨਟੂ ਇੱਥੇ ਲੈ ਕੇ ਚੱਲਾ ਤੇ ਮੇਰੇ ਕੋਲ ਟਾਈਮ ਜਿਸ ਟ੍ਰੇਨ ਰੇਟ ਲਿਖਿਆ ਵਾ ਤੇ ਟਾਈਮ ਨਾਲ ਹੋਰ ਡਿਵਾਈਡ ਹੋਣਾ ਵਾ ਡੈਲਟਾ ਟੀ ਤੇ ਆ ਟਰਮ ਨੂੰ ਜੇ ਮੈਂ ਡੈਲਟਾ ਐਕਸ ਬਾਈ ਡੈਲਟਾ ਟੀ ਪੜ ਲਵਾਂ ਤੇ ਇਹ ਮੇਰੇ ਕੋਲ ਕੀ ਬਣ ਜਾਊਗੀ ਵੈਲੋਸਿਟੀ ਇਹ ਵੈਲੋਸਿਟੀ ਬਣ ਗਈ ਤੇ ਵੈਲੋਸਿਟੀ ਬਾਈ ਲੈਂਥ ਵਾਲੀ ਟਰਮ ਜਿਹੜੀ ਇਹ ਵੈਲੋਸਿਟੀ ਗ੍ਰੇਡੀਐਂਟ ਬਣ ਜਾਣੀ ਆ ਇਹਦਾ ਮਤਲਬ ਜੇ ਮੈਂ ਐਸ ਐਚ ਇਥੋਂ ਇਦਾਂ ਪੜਾ ਆ ਟਰਮ ਜਿਹਨੂੰ ਸਰਕਲ ਕਰਦਾ ਪਿਆ ਡੀਵੀ ਬਾਈ ਡੀਐਕਸ ਠੀਕ ਹੈ ਤੇ ਡੀਵੀ ਬਾਈ ਡੀਐਕਸ ਮੇਰੇ ਕੋਲ ਆਪਣੇ ਆਪ ਚ ਏਰੀਆ ਚੋਂ ਕੇ ਇਧਰ ਡਿਵਾਈਡ ਕਰਾ ਲਓ ਆਹੀ ਫਾਰਮੂਲਾ ਦੁਬਾਰਾ ਲਿਖ ਰਿਹਾ ਈਟਾ ਏ ਇਨਟੂ ਡੀਵੀ ਬਾਈ ਡੀਐਕਸ ਤੇ ਏ ਇਧਰੋਂ ਚੋਂ ਕੇ ਇਧਰ ਡਿਵਾਈਡ ਕਰਾ ਲਓ ਇੰਨੀ ਚੀਜ਼ ਨੂੰ ਪੜਾ ਤੇ ਮੇਰੇ ਕੋਲ ਕੀ ਲਿਖਿਆ ਹੋਇਆ ਮੈਂ ਬੱਚੇ ਰਿਸਪੌਂਡ ਨਹੀਂ ਕਰੋਗੇ ਤਾਂ ਮੈਂ ਕਲਾਸ ਆਫ ਕਰ ਦੇਣੀ ਹੈ ਬੇਟਾ ਮੈਂ ਤੁਹਾਨੂੰ ਦੱਸ ਦਿੱਤਾ ਹੀ ਆ ਟਰਮ ਕਿਹੜੀ ਗਿਵਨ ਆ ਫੋਰਸ ਬਾਈ ਏਰੀਆ ਸਟ੍ਰੈਸ ਗਿਵਨ ਆ ਠੀਕ ਹੈ ਜੀ ਆ ਟਰਮ ਆਪਾਂ ਨੂੰ ਪਤਾ ਸਟ੍ਰੈਸ ਆਪਾਂ ਸ਼ੁਰੂ ਚ ਕਹਿ ਕੇ ਆਏ ਆ ਸਟ੍ਰੈਸ ਓਵਰ ਸਟ੍ਰੇਨ ਰੇਟ ਜਿਹੜਾ ਵਾ ਉਹਨੂੰ ਈਟਾ ਕਹਿੰਦੇ ਆ ਤੇ ਇਥੋਂ ਈਟਾ ਕੱਢਾ ਤੇ ਈਟਾ ਸਟ੍ਰੈਸ ਓਵਰ ਆ ਸਾਰੀ ਟਰਮ ਆਂਦੀ ਆ ਇਹ ਮਤਲਬ ਇੰਨੀ ਟਰਮ ਜਿਹੜੀ ਡੀਵੀ ਬਾਈ ਡੀਐਕਸ ਆ ਇਹ ਮੇਰੀ ਸਟ੍ਰੇਨ ਰੇਟ ਬਣੂ Yes sir. Yes sir. Yes sir. ਇਹਦਾ ਮਤਲਬ ਆ ਇਨੀ ਟਰਮ ਮੇਰੀ ਸਟ੍ਰੇਨ ਰੇਟ ਵਾ ਆ ਟਰਮ ਮੇਰੇ ਕੋਲ ਜਿਹੜੀ ਮੇਰੀ ਸਟ੍ਰੈਸ ਵਾ ਤੇ ਸਟ੍ਰੈਸ ਓਵਰ ਸਟ੍ਰੇਨ ਰੇਟ ਨੂੰ ਸੀ ਕੋਫੀਸ਼ੀਐਂਟ ਕਹਿੰਦੇ ਆ ਇਹਦਾ ਮਤਲਬ ਜੇ ਮੈਨੂੰ ਨੇ ਸੈਕਿੰਡ ਪਾਰਟ ਚ ਇਤੋਂ ਸਟ੍ਰੇਨ ਰੇਟ ਕਹੀ ਆ ਤੇ ਇਸੇ ਫਾਰਮੂਲੇ ਦੇ ਵਿੱਚੋਂ dv / dx ਕੱਲਾ ਜਿਹੜਾ ਮੇਰਾ ਵਾ ਆ ਮੇਰੀ ਸਟ੍ਰੇਨ ਰੇਟ ਬਣ ਜਾਣੀ dv ਮੇਰੇ ਕੋਲ ਗਿਵਨ ਆ 3 ਸੈਂਟੀਮੀਟਰ ਪਰ ਸੈਕਿੰਡ dx ਮੇਰੇ ਕੋਲ ਗਿਵਨ ਆ 0.2 ਯਾਨੀ 30/2 ਮੀਨ ਇਹ ਤੋਂ 15 ਮੇਰੇ ਕੋਲ ਜਿਹੜੀ ਕਹਿੰਦਾ ਜੀ ਐਸ ਐਚ ਵੈਲਿਊ ਬਣੀ ਸਟ੍ਰੇਨ ਰੇਟ ਦੀ ਯੂਨਿਟ ਬੋਲੋ ਕੀ ਆਣਾ ਇਹਦਾ ਯੂਨਿਟ ਕੀ ਬਣਿਆ ਇਹਦਾ ਪਰ ਸੈਕਿੰਡ ਬਿਲਕੁਲ ਪਰ ਸੈਕਿੰਡ ਮੀਟਰ ਪਰ ਸੈਕਿੰਡ ਓਵਰ ਮੀਟਰ ਯਾਨੀ ਪਰ ਸੈਕਿੰਡ ਸਟ੍ਰੇਨ ਰੇਟ ਦਾ ਯੂਨਿਟ ਆ ਜੂ ਇਹ ਜਦੋਂ ਤੁਸੀਂ ਕੁਐਸਚਨ ਸੋਲਵ ਕਰਨੇ ਜੇ ਯੂਨਿਟ ਨਾਲ ਪ੍ਰੋਪਰ ਨਹੀਂ ਲਿਖਿਆ ਤਾਂ ਉਹਦਾ ਨੰਬਰ ਕਟਿੰਗ ਆਏਗੀ ਆ ਇਹ ਧਿਆਨ ਰੱਖਿਓ ਤੀਜੀ ਟਰਮ ਕੱਢਣੀ ਹੈ ਤੁਸੀਂ ਟੈਂਜੈਂਸ਼ੀਅਲ ਸਟ੍ਰੈਸ ਟੈਂਜੈਂਸ਼ੀਅਲ ਸਟ੍ਰੈਸ ਆਪਾਂ ਕਿਹਨੂੰ ਕਹਿੰਦੇ ਪਏ ਆਪਾਂ ਹੁਣੀ ਗੱਲ ਕਰਕੇ ਦੇ ਫੋਰਸ ਬਾਈ ਏਰੀਆ ਵਾ ਠੀਕ ਹੈ ਤੇ ਹੁਣੀ ਆਪਾਂ ਕਿਹਾ ਸੀਗਾ ਕਿ ਵੀ ਇਥੋਂ ਜੇ ਮੈਂ ਕੱਢ ਲਵਾਂ ਫੋਰਸ ਬਾਈ ਏਰੀਆ ਸਟ੍ਰੈਸ ਆ ਜਾਊਗੀ ਕਾਹਦੇ ਇਕੁਅਲ ਆ ਜੂ ਈਟਾ ਟਾਈਮ ਦਾ ਡੀਵੀ ਬਾਈ ਡੀਐਕਸ ਯਾਨੀ ਈਟਾ ਟਾਈਮਸ ਦਾ ਸਟ੍ਰੇਨ ਰੇਟ ਸਟ੍ਰੇਨ ਰੇਟ ਤੁਹਾਡੇ ਕੋਲ ਨਿਕਲੀ ਪਈ ਆ ਠੀਕ ਹੈ ਜੀ ਈਟਾ ਤੁਹਾਡੇ ਕੋਲ ਦਿੱਤਾ ਹੋਇਆ ਉਹਨੇ ਕੁਐਸਚਨ ਦੇ ਅੰਦਰ ਇਹਦਾ ਮਤਲਬ ਈਟਾ 15.5 ਔਰ ਸਟ੍ਰੇਨ ਰੇਟ ਮੇਰੀ 15
आ सॉल्व कर लो ते तो अड़को ले ऐसा चमेकल जिड़ी है उस स्ट्रेस दी वैल्यू कैलकुलेट हो जाए यूनिट की आएगा ये था डाइन पर सेंटीमीटर स्क्वायर डाइन पर सेंटीमीटर स्क्वायर फोर्स मेरी डाइन चाहिए एरिया सेंटीमीटर स्क्वायर ये था माले था यूनिट नाल जिड़ा आ गया तो आ गया सर को डाइन पर सेंटीमीटर स्क्वायर क्या फर्स्ट नंबरिकल दे तीन दे तीन पार्ट क्लियर है Yes, sir. मैं पिछला इतना टाइम सिर्फ इसलिए लाया वा कि भी तुहानू फॉर्मूले क्लियर हो जान ते जे हजे भी रिस्पोंड नहीं होया ते फिर मैं को मार पाऊंगी इतना क्लियर है फर्स्ट न्यूमेरिकल यस सर यस सर चलो सेकंड न्यूमेरिकल हैगा सेकंड न्यूमेरिकल हैगा अ स्क्वायर प्लेट ऑफ 10 सेंटीमीटर साइड मूव पैरेलल टू अनदर प्लेट मतलब प्लेट दी शेप जड़ी उन्हें कहती स्क्वायर प्लेट आ 10 सेंटीमीटर दी साइड आ और वो मूव कर दी भी दूसरी एक पैरेलल प्लेट दे विद स्पीड ऑफ 10 सेंटीमीटर पर सेकंड बोथ प्लेट इमर्स्ड इन वाटर ठीक है यानी वाटर दे अंदर इमर्स हो गया इफ विस्कस फोर्स इज 200 डाइन ठीक है विस्कस फोर्स एफ दस देती एंड विस्कोसिटी ऑफ वाटर 0.01 डाइन पर सेंटीमीटर स्क्वायर सेकंड देन व्हाट इज द डिस्टेंस अपार्ट आही सेम न्यूमेरिकल फेयर सिर्फ एक चीज चेंज है कि dx गड़ना हो तुसी बाकी सारे वेरिएबल अपने क्वेश्चन चाहिए ये सेकंड न्यूमेरिकल लिए एरिया ऑफ प्लेट अपनी 100 सेंटीमीटर स्क्वायर ही बन जाना ठीक है जी 10 सेंटीमीटर साइड गई सी तो स्क्वायर शेप गई सी की मूविंग विद वेलोसिटी 10 सेंटीमीटर पर सेकंड ठीक है बोथ प्लेट इमर्स्ड इन वाटर इफ द विस्कस फोर्स इज 200 डाइन एफ अपने को 200 डाइन आ गया ठीक है तो उस तो बाद उन्हें क्या जी एंड विस्कोसिटी ऑफ वाटर एटा के बना 0.01 डाइन पर सेंटीमीटर स्क्वायर सेकंड तो इस प्रोसेस के अंदर उन्हें क्या जी डिस्टेंस बिटवीन द प्लेट दसना तो बिटवीन द प्लेट्स डिस्टेंस नु सी dx कहने हैं ये मैं dx कैलकुलेट करना हो जो ये वाला न्यूमेरिकल यस सर उन सिर्फ फार्मूला लगना मा f equal to eta a into dv by dx ते dx करना उदे वेरिएबल पूरे कर दो f eta a into dv by f चार वेरिएबल चाहिए eta चाहिए a dv ते f चार है ते चार है अपने क्वेश्चन चाहिए है वेरिएबल हो जो स्ट्रेट वे यस सर थर्ड न्यूमेरिकल पढ़िए एक बार स्टेटमेंट च फिगर बननी है मैं बना रहा हूं फिगर थर्ड दी स्टेटमेंट पढ़ लो पढ़ ले बच्चे पढ़ ले आते करिए शुरू यस सर चल थर्ड न्यूमेरिकल उसने वर्ड यूज किए अ मेटल प्लेट ऑफ एरिया 0.10 मीटर स्क्वायर इज कनेक्टेड टू 0.01 किलोग्राम मास वाया अ स्ट्रिंग दैट पासेस ओवर एन आइडियल पुली एज शोन अ लिक्विड विद अ फिल्म थिकनेस ऑफ 0.3 मिलीमीटर इज प्लेस्ड बिटवीन द प्लेट एंड द टेबल पंजाबी च गवां ते इदां कह रहा कि भी टेबल दे उत्ते कहिंदा जी मान लो तेल डुल्लिया होया ਤੇ ਉਸ ਤੇਲ ਦੇ ਉੱਤੇ ਤੁਹਾਡੀ ਇੱਕ ਮੈਟਲ ਦੀ ਪਲੇਟ ਪਈ ਆ ਉਸ ਮੈਟਲ ਦੀ ਪਲੇਟ ਨੂੰ ਤੁਸੀਂ ਇਸ ਤਰ੍ਹਾਂ ਇੱਕ ਪੁਲੀ ਦੇ ਥਰੂ ਕਹਿੰਦਾ ਜੀ ਦੂਸਰੇ ਐਂਡ ਤੇ ਕਿਸੇ ਵੇਟ ਨਾਲ ਅਟੈਚ ਕੀਤਾ ਹੋਇਆ ਕਿਆ ਇੰਨੀ ਗੱਲ ਸਮਝ ਆਈ ਯੈਸ ਸਰ ਉਹਨਾਂ ਨੇ ਕਿਹਾ ਕਿ ਕੁਐਸਚਨ ਅੰਦਰ ਕਹਿੰਦਾ ਜੀ ਵੈਨ ਰਿਲੀਜ਼ ਦਾ ਪਲੇਟ ਠੀਕ ਹੈ ਮੂਵ ਟੂ ਦਾ ਰਾਈਟ ਵਿਦ ਅ ਕਨਸਟੈਂਟ ਸਪੀਡ ਯਾਨੀ ਪਲੇਟ ਫਾਰਵਰਡ ਮੂਵ ਕਰੇਗੀ ਵਿਦ ਅ ਸਪੀਡ ਆਫ 0. स्पीड के बना अपने को 0.085 मीटर पर सेकंड
ठीक है, इहदा मतलब यह होया कि भी एक कॉन्सटेंट स्पीड ना चलती पई ते कोई नैट फोर्स नहीं आनी, ठीक है जी, एक्सेलरेटेड मोशन नहीं गिनी जाएगी इहदी। हुण उहने कहा जी जदों रिलीज कीता ते इट विल मूव टू द राइट विद ए कॉन्सटेंट स्पीड ऑफ 0.085 मीटर पर सैकेंड, दैन फाइंड द कॉफिशेंट ऑफ विस्कोसिटी ऑफ द लिक्विड। ते इहदे उत्ते कॉफिशेंट ऑफ विस्कोसिटी कढ़नी आ, मतलब आ जिहड़ी मेरे कोल एसएच कहिंदा जी इत्थे विस्कस फोर्स होएगी ਹਨਾ, ਇਹਦੀ ਕੋਫੀਸ਼ੀਐਂਟ ਆਫ ਵਿਸਕੋਸਿਟੀ ਦੀ ਵੈਲਿਊ ਕੱਢੋ। ਕਿੱਦਾਂ ਕਰੀਏ ਕੁਐਸਚਨ ਨੂੰ? ਈਟਾ ਕੈਲਕੂਲੇਟ ਕਰਨਾ ਆਪਾਂ, ਈਟਾ ਕੈਲਕੂਲੇਟ ਕਰਨਾ, ਗਿਵਨ ਵੇਰੀਏਬਲ ਆਪਣੇ ਕੋਲ ਜਿਹੜੇ ਹੈਗੇ ਮੈਟਲ ਪਲੇਟ ਦਾ ਏਰੀਆ ਗਿਵਨ ਆ 0.10 ਮੀਟਰ ਸਕੁਅਰ ਏਰੀਆ ਆਫ ਮੈਟਲ ਪਲੇਟ ਗਿਵਨ ਆ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਜਿਹੜਾ ਕੁਐਸਚਨ ਚ ਆ ਗਿਆ ਫਿਲਮ ਦੀ ਫਿਲਮ ਥਿਕਨੈਸ ਗਿਵਨ ਆ, ਫਿਲਮ ਥਿਕਨੈਸ ਲਈ ਕਿਹੜਾ ਵੇਰੀਏਬਲ ਲਵਾਂ? ਉਹ ਨਿਆਣਿਓ ਆਪਣੇ ਇਸ ਫਾਰਮੂਲੇ ਦੇ ਅਕੋਰਡਿੰਗਲੀ ਫਿਲਮ ਥਿਕਨੈਸ ਲਈ ਕਿਹੜਾ ਵੇਰੀਏਬਲ ਬਣੂਗਾ? ਡੀਐਕਸ ਬਣ ਜਾਣਾ। ਡੀਐਕਸ ਆਪਣੇ ਕੋਲ ਗਿਵਨ ਆ ਕੁਐਸਚਨ ਦੇ ਵਿੱਚ, ਕਹਿੰਦਾ ਜੀ ਐਸ ਐਚ ਕਿੰਨਾ 0.3 ਮਿਲੀਮੀਟਰ। dx अपने को गिवन आ, उस तो बाद क्या जी प्लेट मूव कर दी पई राइट साइड नो, ठीक है जी, विद स्पीड ऑफ 0.085 मीटर पर सेकंड वेलोसिटी आ गई, ठीक है। तो इस प्रोसेस दे अंदर वो कहना जी विस्कोसिटी ऑफ लिक्विड कढ़ो। की करिए हुण आपां क्वेश्चन दे अंदर किहड़े बिना विस्कोसिटी ऑफ लिक्विड नूं फाइंड आउट करांगे? बोलो जल्दी। ਹਰਸ਼ਿਤਾ, ਗੁਰਜੀਵਨ ਤੇ ਹਰਸ਼ਲ, ਜਲਦੀ ਜਲਦੀ। ਸਰ ਜੇ ਆਪਾਂ ਫੋਰਸ mg ਨਾ ਕੱਢ ਲਈਏ? ਬਿਲਕੁਲ ਕੱਢ ਸਕਦੇ ਆ, ਇਹ ਫਾਰਮੂਲੇ ਸਾਰੇ ਵੇਰੀਏਬਲ ਆ ਜਾਣਗੇ। ਬਿਲਕੁਲ, ਸਭ ਤੋਂ ਪਹਿਲੀ ਚੀਜ਼ ਇੱਥੇ ਸੋਚੂਗੇ ਕਿ ਜਦੋਂ ਇਹ ਫਾਰਵਰਡ ਮੂਵ ਕੀਤਾ ਸਿਸਟਮ ਤੇ, ਇੱਥੇ ਤੁਹਾਡੇ ਕੋਲ ਜਿਹੜੀ ਐਸ ਐਚ ਆ ਬਾਡੀ ਦੇ ਉੱਤੇ ਫ੍ਰੀ ਬਾਡੀ ਡਾਇਗਰਾਮ ਬਣਾ ਲਓ। ਫ੍ਰੀ ਬਾਡੀ ਡਾਇਗਰਾਮ ਕਿਆ ਸੀਗਾ ਕਿ ਜਿੰਨੀਆਂ ਡਿਫਰੈਂਟ ਫੋਰਸਿਸ ਇਹਦੇ ਤੇ ਲਾਈ ਕਰਦੀਆਂ ਸ਼ੋ ਕਰੋ। ਇੱਕ ਇਹਦਾ ਵੇਟ ਆ ਜਾਏਗਾ ਵਿਚ ਇਜ ਐਕਟਿੰਗ ਵਰਟੀਕਲੀ ਡਾਊਨਵਰਡ, ਸਟ੍ਰਿੰਗ ਚ ਕੀ ਆ ਜੂਗੀ? ਟੈਂਸ਼ਨ, ਟੈਂਸ਼ਨ ਆ ਜਾਏਗੀ, ਠੀਕ ਹੈ। ਸਟ੍ਰਿੰਗ ਦੇ ਇਸ ਪੋਰਸ਼ਨ ਚ ਟੈਂਸ਼ਨ ਮੇਰੇ ਕੋਲ ਅਪਵਰਡ ਆ ਗਈ, ਇਦਾਂ ਹੀ ਆਹ ਸਿਸਟਮ ਜੇ ਫਾਰਵਰਡ ਜਾਂਦਾ ਪਿਆ, ਹਨਾ, ਜੇ ਆਹ ਸਿਸਟਮ ਇਹਦਾ ਫਾਰਵਰਡ ਜਾ ਰਿਹਾ ਤੇ ਇਹਦਾ ਮਤਲਬ ਇਹਦੇ ਵਿੱਚ ਟੈਂਸ਼ਨ ਇਹਨੂੰ ਫਾਰਵਰਡ ਖਿੱਚਦੀ ਪਈ ਆ, ਤੇ ਜਿਹੜੀ ਵਿਸਕਸ ਫੋਰਸ ਹੋਏਗੀ ਉਹ ਇਹਨੂੰ ਬੈਕਵਰਡ ਫੋਰਸ ਲਗਾਉਂਦੀ ਪਈ ਆ, ਯਾਨੀ ਇਹਦੇ ਤੇ ਵਿਸਕਸ ਫੋਰਸ ਬੈਕਵਰਡ ਲੱਗਦੀ ਪਈ ਆ। ਤੇ ਜੇ ਇਹ ਚੀਜ਼ ਮੇਰੀ ਕਾਂਸਟੈਂਟ ਵੈਲੋਸਿਟੀ ਨਾਲ ਚੱਲਦੀ ਪਈ ਆ ਤੇ ਇਹਦਾ ਮਤਲਬ ਇਹ ਹੋਏਗਾ ਕਿ ਆ ਟੈਂਸ਼ਨ ਦੀ ਵੈਲਿਊ ਇਸ ਵਿਸਕਸ ਫੋਰਸ ਦੇ ਇਕੁਅਲ ਆਊ। ਕੋਈ ਕਲੀਅਰ ਹੈ? ਯੈਸ ਸਰ, ਯੈਸ ਸਰ। ਇਹ ਟੈਂਸ਼ਨ ਇਸ ਵਿਸਕਸ ਫੋਰਸ ਦੇ ਇਕੁਅਲ ਆ, ਤੇ ਦੂਜੇ ਪਾਸੇ ਜੇ ਆ ਸਾਰਾ ਸਿਸਟਮ ਕਾਂਸਟੈਂਟ ਸਪੀਡ ਨਾਲ ਤੁਰਿਆ ਜਾ ਰਿਹਾ ਤੇ ਇਹਦਾ ਮਤਲਬ ਡਾਊਨਵਰਡ ਫੋਰਸ ਜਿਹੜੀ ਇੱਥੇ ਹੈ ਤੇ ਅਪਵਰਡ ਫੋਰਸ ਇੱਥੇ, ਇਹ ਵੀ ਆਪਸ ਵਿੱਚ ਬੈਲੈਂਸ ਹੋਣਗੀਆਂ? ਯੈਸ ਸਰ। ਹੁਣ ਇੱਥੋਂ ਜੇ ਚੱਲਾ ਤੇ ਇਹਦੇ ਮਤਲਬ ਇੱਥੇ ਇੰਨੇ ਪੋਰਸ਼ਨ ਚ ਟੀ ਐਮ ਜੀ ਨਾਲ ਬੈਲੈਂਸ ਆ, ਉੱਪਰ ਵਾਲੇ ਪੋਰਸ਼ਨ ਚ ਹੋਰੀਜ਼ੋਂਟਲ ਤੇ ਟੀ ਐਫ ਨਾਲ ਬੈਲੈਂਸ ਆ, ਤੇ ਜੇ ਵਿੱਚੋਂ ਟੀ ਨੂੰ ਕਢਾ ਜਾ ਤੇ ਇਹਦੇ ਮਤਲਬ ਐਫ ਐਮ ਜੀ ਨਾਲ ਬੈਲੈਂਸ ਹੁੰਦਾ ਪਿਆ? ਯੈਸ ਸਰ, ਯੈਸ ਸਰ। ਇਹਦਾ ਮਤਲਬ ਆਪਣੇ ਕੋਲ ਜੋ ਕੰਡੀਸ਼ਨ ਬਣੀ ਹੇਅਰ, ਐਮ ਜੀ ਆਪਣੇ ਕੋਲ ਜਿਹੜਾ ਟੀ ਨਾਲ ਬੈਲੈਂਸ ਆ, ਠੀਕ ਹੈ, ਐਂਡ ਟੀ ਜਿਹੜਾ ਅੱਗਿਓ ਮੇਰੇ ਕੋਲ ਐਫ ਨਾਲ ਬੈਲੈਂਸ ਆ, ਤਾਂ ਦੇਅਰ ਫੋਰ ਆਪਣੇ ਕੋਲ ਜਿਹੜੀ ਕੰਡੀਸ਼ਨ ਆ ਗਈ ਉਹ ਇਹ ਆ ਜਾਏਗੀ ਕਿ ਵਿਸਕਸ ਫੋਰਸ ਈਕੁਅਲ ਟੂ ਐਮ ਜੀ। ਇਹ ਮਤਲਬ ਜਿੱਥੇ ਵਿਸਕਸ ਫੋਰਸ ਲੈਣੀ ਉੱਥੇ ਐਮ ਜੀ ਲੈ ਲਾਂਗੇ, ਤੇ ਐਫ ਦਾ ਫਾਰਮੂਲਾ ਲਗਾ ਦਿਓ ਵਿਸਕਸ ਫੋਰਸ ਦਾ। ਕੀ ਫਾਰਮੂਲਾ ਲਿਖਿਆ ਸੀ ਉੱਪਰ ਬੋਲ ਕੇ ਦੱਸੋ? F equal to formula bolo koi ya na, eta into area into dv by dx। bilkul, F equal to eta a into dv by dx। formula ta bulana ki tode muh te chade formula bolya karo, ਠੀਕ ਹੈ ਜੀ। ਤੇ ਇਹ ਤੋਂ ਜੇ ਈਟਾ ਕੈਲਕੂਲੇਟ ਕਰਨਾ ਤੇ ਈਟਾ ਵਾਸਤੇ ਸਾਡਾ ਫਾਰਮੂਲਾ ਬਣ ਗਿਆ ਐਫ ਬਾਈ ਏ ਇੰਟੂ ਡੀ ਵੀ ਬਾਈ ਡੀ ਐਕਸ।
ਹੁਣ ਇਥੋਂ ਈਟਾ ਕੱਢਣ ਲਈ ਵੇਰੀਏਬਲ ਪੂਰੇ ਕਰੋ, ਆਪਣੇ ਕੋਲ ਫੋਰਸ ਦੀ ਥਾਂ ਤੇ ਐਮ ਜੀ ਆ ਜਾਏਗਾ, ਡੀ ਐਕਸ ਓਵਰ ਏ ਇੰਟੂ ਡੀ ਵੀ, ਠੀਕ ਹੈ ਜੀ। ਆਪਣੇ ਕੋਲ ਫੋਰਸ ਦੀ ਥਾਂ ਤੇ ਐਮ ਜੀ ਐਮ ਗਿਵਨ ਹੈਗਾ ਵਾ, ਇਹਦੇ ਨਾਲ ਐਮ ਜੀ ਪੂਰਾ ਹੋ ਜਾਣਾ, ਥਿਕਨੈਸ ਆਫ ਦਾ ਲੇਅਰ ਆਪਣੇ ਕੋਲ ਗਿਵਨ ਆ, ਏਰੀਆ ਆਫ ਦਾ ਲੇਅਰ ਆਪਣੇ ਕੋਲ ਗਿਵਨ ਆ, ਵੈਲੋਸਿਟੀ ਲੀਕਵਿਡ ਦੀ ਕਿੰਨੇ ਨਾਲ ਹੈਗੀ ਉਹ ਆਪਣੇ ਕੋਲ ਗਿਵਨ ਆ। ਆਹ ਸਾਰੇ ਵੇਰੀਏਬਲ ਪੁੱਟ ਅਪ ਕਰ ਲਈਏ ਤੇ ਕੋਫੀਸ਼ੀਐਂਟ ਆਫ ਵਿਸਕੋਸਿਟੀ ਦੀ ਵੈਲਿਊ ਆ ਜਾਓ। ਇਨ ਗਿਵਿੰਗ ਅ ਪੇਸ਼ੈਂਟ ਅ ਬਲੱਡ ਟ੍ਰਾਂਸਫਿਊਜ਼ਨ, ਪੜੋ ਇੱਕ ਵਾਰੀ ਸਟੇਟਮੈਂਟ ਜਲਦੀ ਜਲਦੀ, ਮੈਂ ਫਾਰਮੂਲਾ ਪੁੱਛਣਾ ਕਿਹੜਾ ਲੱਗਣਾ। ਇਸ ਨਮੈਰੀਕਲ ਦੇ ਵਿੱਚ ਕਨਸੈਪਟ ਕਿਹੜਾ ਲੱਗੇਗਾ ਕਿ ਜਦੋਂ ਅਸੀਂ ਉਹਨੂੰ ਪੇਸ਼ੈਂਟ ਨੂੰ ਬਲੱਡ ਚੜਾਨੇ ਪਏ ਆ, ਆਪਾਂ ਕਿਹੜਾ ਫਾਰਮੂਲਾ, ਜਿਹੜੇ ਆਪਣੇ ਕੋਲ ਗਿਵਨ ਫਾਰਮੂਲੇ ਆ ਸਾਈਟ ਤੇ, ਦੇਖੋ ਜਿਹੜੇ ਫਾਰਮੂਲੇ ਹੈਗੇ ਆ, ਇਹਨਾਂ ਚੋਂ ਕਿਹੜਾ ਫਾਰਮੂਲਾ? ਪੋਇਜ਼ਨ ਫਾਰਮੂਲਾ। ਹਾਂਜੀ, ਪੋਇਜ਼ਨ ਫਾਰਮੂਲਾ। ਪੋਇਜ਼ਨ ਫਾਰਮ, ਬਿਲਕੁਲ ਬੇਟਾ, ਬਿਲਕੁਲ ਪੋਇਜ਼ਨ ਫਾਰਮੂਲਾ। ਠੀਕ ਹੈ, ਉਹਨੇ ਕੁਐਸਚਨ ਚ ਇਹ ਕਿਹਾ ਵਾ ਕਿ ਵੀ ਜੇ ਤੁਸੀਂ ਬਲੱਡ ਚੜਾਨੇ ਪਏ ਹੋ, ਬਲੱਡ ਦਾ ਜਿਹੜਾ ਐਸ ਐਚ ਓ ਪਾਈਪ ਆ ਉਹ 1.3 ਮੀਟਰ ਹਾਈਟ ਤੇ ਆ, ਤੇ ਇੱਥੇ ਮੇਰੇ ਬਾਂਹ ਨੂੰ ਉਹ ਬਲੱਡ ਚੜਦਾ ਪਿਆ, ਇਹਦਾ ਮਤਲਬ ਆ ਪਾਈਪ ਦੇ ਉੱਪਰ ਤੇ ਥੱਲੜੇ ਐਂਡ ਦੇ ਵਿੱਚ ਪ੍ਰੈਸ਼ਰ ਦਾ ਡਿਫਰੈਂਸ ਹੋਏਗਾ ਤਾਂ ਮੈਨੂੰ ਉਹ ਬਲੱਡ ਕਹਿੰਦਾ ਜੀ ਥੱਲੇ ਨੂੰ ਆਉਂਦਾ ਪਿਆ, ਹਨਾ। ਉਹਨੇ ਕਹਿਤਾ ਕਿ 1.3 ਮੀਟਰ ਹਾਈਟ ਦੇ ਉੱਤੇ, ਠੀਕ ਹੈ ਜੀ, ਤੁਸੀਂ ਉਹ ਬਲੱਡ ਪਾਈਪ ਰੱਖੀ ਹੋਈ ਆ, ਬੋਟਲ ਟੰਗੀ ਹੋਈ ਆ, ਤੇ ਜਦੋਂ ਬਲੱਡ ਉਹਦੇ ਚੋਂ ਉਹਦਾ ਵੋਲੀਅਮ ਪਰ ਸੈਕਿੰਡ ਉਹਨੇ ਦੱਸ ਦਿੱਤਾ ਕਿੰਨਾ ਫਲੋ ਕਰਦਾ ਪਿਆ, ਉਹਦੇ ਅਕੋਰਡਿੰਗਲੀ ਉਹਨੇ ਆਪਣਾ ਜਿਹੜਾ ਵੇਰੀਏਬਲ ਆ ਉਹ ਪੁੱਛਿਆ ਵਾ ਕਿ ਵੀ ਤੁਹਾਡੀ ਵਿਸਕੋਸਿਟੀ ਆਫ ਬਲੱਡ ਕਿੰਨਾ ਹੋਏਗਾ। ਕਿਆ ਇੰਨੀ ਗੱਲ ਸਮਝ ਲੱਗ ਰਹੀ ਸਾਰਿਆਂ ਨੂੰ? ਆਪਣੇ ਕੋਲ ਜੋ ਜੋ ਗਿਵਨ ਆ ਉਹ ਲਿਖ ਲਈਏ, ਹਾਈਟ ਆਫ ਬਲੱਡ ਆਪਣੇ ਕੋਲ ਗਿਵਨ ਆ, ਜਿੰਨੀ ਹਾਈਟ ਤੋਂ ਬਲੱਡ ਆਉਂਦਾ ਪਿਆ ਉਹ 1.3 ਮੀਟਰ ਆ, ਠੀਕ ਹੈ। ਉਸ ਤੋਂ ਬਾਅਦ ਉਹਨੇ ਆਪਣੇ ਕੋਲ ਕਿਹਾ ਵਾ ਜੀ ਕਿ ਵੀ ਐਸ ਐਚ ਉਸ ਪਾਈਪ ਦਾ ਇੰਟਰਨਲ ਡਾਇਆਮੀਟਰ, ਕਿਤੇ ਨਾ ਕਿਤੇ ਇਹ ਏਰੀਆ ਨੂੰ ਕੈਲਕੂਲੇਟ ਕਰਨ ਲਈ ਯੂਜ਼ ਹੋ ਸਕਦਾ। ਡਾਇਆਮੀਟਰ ਮੀਨ ਉਹਦਾ ਰੇਡੀਅਸ ਆ ਗਿਆ 0.3, ਇੰਟਰਨਲ ਡਾਇਆਮੀਟਰ 0.36 ਮਿਲੀਮੀਟਰ ਤੇ 0.18 ਮਿਲੀਮੀਟਰ ਸਾਡੇ ਕੋਲ ਉਹਦਾ ਰੇਡੀਅਸ ਆ ਗਿਆ। ਉਸ ਤੋਂ ਬਾਅਦ ਉਹਨੇ ਆਪਣੇ ਕੋਲ ਦੱਸ ਦਿੱਤਾ ਕਿ ਲੈਂਥ ਆਫ ਦਾ ਪਾਈਪ ਜਿਹੜੀ ਆ ਉਹ 3 ਸੈਂਟੀਮੀਟਰ ਆ, ਇੰਨੀ ਸੀਗੀ ਨਾ? Yes sir. Yes sir. ਹੁਣ ਅੱਗੇ ਜਿਹੜਾ ਵੋਲੀਅਮ ਆਫ ਬਲੱਡ ਹੈਗਾ ਉਹ ਆਪਣੇ ਕੋਲ ਦਿੱਤਾ, ਉਹਨੇ ਕਹਿੰਦਾ ਜੀ 4.5 ਸੈਂਟੀਮੀਟਰ ਕਿਊਬ, ਤੇ ਟਾਈਮ ਦੀ ਵੈਲਿਊ ਆਪਣੇ ਕੋਲ ਦਿੱਤੀ ਹੈ 60 ਸੈਕਿੰਡ, 1 ਮਿੰਟ ਕਿਆ ਉਹਨੇ 60 ਸੈਕਿੰਡ ਟਾਈਮ ਆ ਜਾਏਗਾ, ਠੀਕ ਹੈ। ਔਰ ਡੈਂਸਿਟੀ ਆਫ ਬਲੱਡ ਆਪਣੇ ਕੋਲ ਗਿਵਨ ਆ, ਡੈਂਸਿਟੀ ਆਫ ਬਲੱਡ ਆਪਣੇ ਕੋਲ ਗਿਵਨ ਆ 1020 ਕਿਲੋਗ੍ਰਾਮ ਪਰ ਮੀਟਰ ਕਿਊਬ। ਹੁਣ ਪੁੱਤ ਯੂਨਿਟ ਸਾਰੇ ਦੇ ਸਾਰੇ ਮਿਕਸ ਯੂਨਿਟ ਨੇ, ਜਾਂ ਤਾਂ ਸਾਰੇ ਸੀ ਜੀ ਐਸ ਚ ਲੈ ਜਾਓ ਤੇ ਜਾਂ ਸਾਰੇ ਐਸ ਆਈ ਯੂਨਿਟ ਕਨਵਰਟ ਕਰ ਲਓ, ਠੀਕ ਹੈ ਜੀ। ਆ ਮਿਲੀਮੀਟਰ ਆ, ਇਹਨੂੰ ਤੁਸੀਂ ਐਸ ਐਚ 0.18 × 10⁻³⁻³ ਮੀਟਰ ਆ ਮੇਰੇ ਕੋਲ ਆ ਜਾਏਗਾ। ਲੈਂਥ ਮੇਰੇ ਕੋਲ ਜਿਹੜੀ ਐਸ ਐਚ ਆ ਉਹਨੂੰ ਵੀ ਡਿਫਾਈਨ ਕਰ ਦਿਓ 3 × 10⁻²⁻² ਮੀਟਰ ਆ ਜਾਏਗਾ। ਵੋਲੀਅਮ ਨੂੰ ਡਿਫਾਈਨ ਕਰ ਦਿਓ 4.5 ਸੈਂਟੀਮੀਟਰ ਦੇ ਮੀਟਰ ਕਿਊਬ ਕਰਦੇ ਪਏ ਹੋ, 10⁻²⁻²² ਮੀਟਰ ਦਾ ਕਿਊਬ ਆਇਆ, ਯਾਨੀ × 10⁻²⁻⁶ ਮੀਟਰ ਕਿਊਬ ਆ ਜਾਓ। ਕਿਆ ਯੂਨਿਟ ਕਲੀਅਰ ਆ ਸਾਰੇ? ਯੈਸ ਸਰ। ਯੈਸ ਸਰ। ਆਪਾਂ ਕੈਲਕੂਲੇਟ ਕਰਨਾ ਕਹਿੰਦਾ ਜੀ ਐਸ ਐਚ ਵਿਸਕੋਸਿਟੀ, ਈਟਾ ਕੈਲਕੂਲੇਟ ਕਰਨਾ, ਫਾਰਮੂਲਾ ਆਪਣੇ ਕੋਲ ਜਿਹੜਾ ਆ ਗਿਆ, ਠੀਕ ਹੈ ਜੀ, ਉਹ ਪੋਇਜ਼ਨ ਫਾਰਮੂਲੇ ਦੇ ਅਕੋਰਡਿੰਗਲੀ ਵੀ ਨੋ ਦੈਟ ਰੇਟ ਆਫ ਫਲੋ ਆਫ ਲਿਕੁਇਡ ਇਜ਼ ਗਿਵਨ ਬਾਈ ਪਾਈ ਬਾਈ 8 ਪੀ ਆਰ ਰੇਸ ਟੂ ਪਾਵਰ 4 ਓਵਰ ਈਟਾ ਇੰਟੂ ਐਲ। ਚਲੋ ਈਟਾ ਦਾ ਫਾਰਮੂਲਾ ਬਣਾ ਦਈਏ, ਫਿਰ ਵੇਰੀਏਬਲ ਦੇਖਦੇ ਕਿਹੜਾ ਕਿਹੜਾ ਚਾਹੀਦਾ। ਪਾਈ ਬਾਈ 8 ਪੀ ਆਰ ਰੇਸ ਟੂ ਪਾਵਰ 4 ਓਵਰ ਕਿਹਦਾ ਜੀ ਵੀ ਇੰਟੂ ਐਲ। ਵੀ ਇਹਦੇ ਵਿੱਚ ਕਿਹਦਾ ਸਿੰਬਲ ਆ? ਵੋਲਿਊਮ। ਇੱਥੇ ਧਿਆਨ ਰੱਖਿਓ, ਮੈਂ ਫਿਰ ਰਿਪੀਟ ਕਰ ਰਿਹਾ, ਵੀ ਰੇਟ ਆਫ ਫਲੋ ਆਫ ਲਿਕੁਇਡ ਵੋਲੀਅਮ ਪਰ ਸੈਕਿੰਡ ਆ,
ठीक है, यानी एक अल्लाह वॉल्यूम नहीं आना, ये वॉल्यूम पर सेकंड है, यानी 4.5 सेंटीमीटर की, और जरा आ मेरे को वॉल्यूम बनिया डिवाइडेड बाय टाइम करके जड़ी टर्म बनी, ये वो वेरिएबल बनना वा, क्लियर ना? यस सर, यस सर। चल, एल लेंथ ऑफ द ट्यूब वो अपने को हैगी या, ठीक है जी, रेडियस ऑफ द पाइप अपने को हैगा वा, प्रेशर है नहीं, प्रेशर कितों बनाइए, प्रेशर वास्ते केड़ी क्वेश्चन च इदा दियां टर्म्स आ जिहड़ियां यूज कर सकदे असीं, प्रेशर इक्वल्स टू एच रो जी दा लगा के निकलदे, प्रेशर दा फार्मूला आपां ऑलरेडी एस च पढ़िया होया पास्कल लॉ दे विच, प्रेशर डिफरेंस दी वैल्यू नहीं दित्ती, ये हाइट तो जदों लिक्विड थले आना ते जिन्नी हाइट तो आ रहा उस हाइट दे करके प्रेशर बनना, इहदा मतलब पी दी थां ते लिख के चलना, अपने को फॉर्मूले के अंदर जी चेंज आनी है आर पावर 4 ओवर वी बाई एल, और इस थे मेरे को एच रो इनटू जी, ठीक है जी, हाइट ऑफ ब्लड गिवन है 1.3 मीटर, डेंसिटी ऑफ ब्लड अपने क्वेश्चन गिवन है 1020, ठीक है जी, दी स्टैंडर्ड वैल्यू अपन पता, आ वेरिएबल प्रेशर की थान से नाल सब्सिट्यूट करोगे, फिर इन कैलकुलेट कर लो तो जरा एस एच कोएफिशिएंट ऑफ विस्कोसिटी की वैल्यू बननी है, क्या इना क्लियर है? यस सर, यस सर। चल, ये अपने को जरा अपना फोर्थ न्यूमेरिकल हो जाएगा, ठीक है, नेक्स्ट न्यूमेरिकल हैगा अपने को फिफ्थ न्यूमेरिकल, वाटर इज फ्लोइंग, सीधा शुरू कर रहे हैं, वाटर इज फ्लोइंग थ्रू ए हॉरिजॉन्टल ट्यूब 8 सेंटीमीटर इन डायामीटर एंड 4 किलोमीटर इन लेंथ एट द रेट ऑफ 20 लीटर पर सेकंड, ठीक है, अज्यूमिंग ओनली विस्कस रेजिस्टेंस, देन कैलकुलेट द प्रेशर रिक्वायर्ड टू मेंटेन द फ्लो इन टर्म्स ऑफ मर्करी कॉलम, ठीक है, कैलकुलेट द प्रेशर रिक्वायर्ड टू मेंटेन द फ्लो, ठीक है, इथे तक गल हुंदी ते इहदा मतलब आ प्रेशर डिफरेंस कढ़ना सीगा, P लबना सी, ठीक है, पर अगे उन्हें एक टर्म ऐड कर दी इन टर्म ऑफ मरकरी कॉलम, इहदी गल हजे छड लो, बाद च मैं दसदा की मतलब आ, गिवन कोएफिशिएंट ऑफ विस्कोसिटी, सिंपल गल उन्हें आ गई है कि भी आ एक हॉरिजॉन्टल ट्यूब है जिहड़ा पहले मैं पढ़िया होया, इस हॉरिजॉन्टल ट्यूब के थ्रू इहदा डायामीटर, इहदी लेंथ ते इहचो रेट ऑफ फ्लो ऑफ लिक्विड सारा कुछ दस्या होया है ना, ते इहदा मतलब पॉइज़न फॉर्मूले के अकॉर्डिंगली आही जिहड़ा लाके हटे आपां, इस फॉर्मूले के अकॉर्डिंगली तुसी इस पाइप दे विचो पी कढ़ दिओ, इन्नी गल समझ आई पहलो? यस सर, यस सर। ओए सारेयां नूं क्लियर आ जिहड़े सुस्त होए होए हो? यस सर, यस सर। पहलो पी कैलकुलेट कर लो, प्रेशर दी वैल्यू आ जूगी, मुड़ के प्रेशर दा फॉर्मूला तुसी अग्गे मरकरी कॉलम दी हाइट चोने किया, जिदा इत्थे चला बेटा, इतने असी प्रेशर की थां ते एच रो जी भरिया, ते एच आपां ब्लड दा लैवल भरिया वा, ब्लड की हाइट भरी आ, ते डेंसिटी ब्लड की भरी आ, तुसीं की करोगे जदों पी की वैल्यू कढ लोगे इस फॉर्मूले चो, ठीक है, अपने फिफ्थ नमेरिकल के अकॉर्डिंगली सारे वेरीएबल अपने क्वेश्चन च हैगे आ, इस फॉर्मूले के अकॉर्डिंगली पी कढ दिओ, मुड़ के पी की थां ते असी भरांगे वी, वी नो दैट पी इक्वल टू, जदों इस फॉर्मूले दे विचों मेरा पी आ जाएगा, फिफ्थ नमेरिकल जो जो तुसी P ऑलरेडी कैलकुलेट कर चुके होंगे, तुसी मुड़ के P दा फॉर्मूला लावांगे, we know that P equal to H rho G, ते असी उधर जो हाइट ऑफ मरकरी कॉलम, हाइट ऑफ मरकरी कॉलम दा मतलब है प्रेशर दी वैल्यू H दी फॉर्म च डिफाइन करनी, इस क्वेश्चन च H दिता सी ते असी प्रेशर बनाया वा, हुण आपां नूं क्वेश्चन जो कह रहा प्रेशर इथों कैलकुलेट जिहड़ा कीता होएगा उहनूं मरकरी कॉलम दी हाइट दी फॉर्म च दसो, ते जो उन्हें मरकरी कॉलम किया ते एच दा फॉर्मूला पी बाय रो जी जदों लगाना, पी दी वैल्यू जिन्नी क्वेश्चन च कढ़ी होगी ओ यूज हो जू, रो मरकरी दी डेंसिटी आ, ते बेटा मरकरी दी डेंसिटी वाटर दी डेंसिटी नालों 13.6 टाइम ज्यादा हुंदी आ, इहदा मतलब इह हो गया इत्थे तुसी रो दी वैल्यू 13.6 × 10³, वाटर दी डेंसिटी 1000 किलोग्राम पर मीटर क्यूब आ, और मरकरी दी डेंसिटी वाटर नालों 13.6 टाइम ज्यादा वा, वो पुट कर दियो इनटू कहना जी मेरे को जी दी वैल्यू,
तो पी तुसी इस फॉर्मूले के थ्रू पहले कैलकुलेट किया होगा क्या इन्नी गल समझ लगी फिफ्थ नुमेरिकल हो जाएगा हाँ जी सर यस सर चलो इतने रोक रहे हैं जी